ਜਿਹੜਾ ਮੋਦੀ ਕਹਿੰਦਾ ਮੈਂ ਪਿੱਛੇ ਨਹੀਂ ਮੁੜਦਾ ਕਿਸਾਨਾਂ ਨੇ ਮਜ਼ਦੂਰਾਂ ਨੇ ਵਿਦਿਆਰਥੀਆਂ ਨੇ ਔਰਤਾਂ ਨੇ ਇਹ ਮਨ ਬਣਾ ਲਿਆ ਕਿ ਜੇ ਮੋਦੀ ਸਾਹਿਬ ਤੂੰ ਤਾਨਾਸ਼ਾਹੀ ਫਰਮਾਨ ਲਿਆਉਣਾ ਤਾਂ ਜੇ ਤੂੰ ਪਿੱਛੇ ਨਹੀਂ ਮੁੜਦਾ ਅਸੀਂ ਅੱਗੇ ਨੂੰ ਵਧ ਰਹਾਂ। ਪੰਜਾਬ ਸਰਕਾਰ ਦਿੱਲੀ ਪਹੁੰਚੀ ਨਾਲ ਵਿਧਾਇਕ ਪਹੁੰਚੇ ਵੱਡੀ ਗਿਣਤੀ 'ਚ ਉੱਥੇ ਉਹਨਾਂ ਧਰਨਾ ਦਿੱਤਾ ਕੀ ਕਹੋਗੇ ਸਟੈਂਡ ਪੱਕਾ ਜਾਂ ਰਾਜਨੀਤੀ ਹੋ ਰਹੀ ਆ। ਪੰਜਾਬ ਸਰਕਾਰ ਦਿੱਲੀ ਪਹੁੰਚੀ ਸਾਰੇ ਵਿਧਾਇਕ ਪਹੁੰਚੇ ਪਰ ਸ਼੍ਰੋਮਣੀ ਅਕਾਲੀ ਦਲ ਇੱਕ ਘੁਟਾਲੇ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ਮੰਤਰੀ ਨੂੰ ਘੇਰੀ ਬੈਠੇ ਸਨ ਜਦੋਂ ਦਿੱਲੀ ਸਨ ਸਾਰੇ। ਕੀ ਲੱਗਦਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਆਪਦੇ ਵੱਖਰੀ ਪ੍ਰਦਰਸ਼ਨ ਕਰ ਰਹੀ ਹੈ? ਪੂਰੇ ਦੋ ਗੱਲਾਂ ਨੇ, ਇੱਕ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਅਤੇ ਵੱਖ ਵੱਖ ਜਥੇਬੰਦੀਆਂ ਇਹ ਤਾਂ ਲੜ ਰਹੀਆਂ ਨੇ ਪੰਜਾਬ ਦੇ ਭਵਿੱਖ ਬਾਰੇ ਅਤੇ ਬੱਚਿਆਂ ਲਈ। ਅਕਾਲੀ ਦਲ, ਕਾਂਗਰਸ, ਆਮ ਆਦਮੀ ਇਹ ਲੜ ਰਹੇ ਨੇ 19 ਦੀਆਂ ਵੋਟਾਂ ਲਈ। ਇਹ ਡਾਕੂ ਨੇ ਰਲੇ ਹੋਏ, ਇੱਕੋ ਹੀ ਬੇਲ ਦੇ ਕੱਦੂ ਨੇ, ਇੱਕੋ ਹੀ ਜੰਗਲ ਦੇ ਡਾਕੂ ਨੇ। ਇਹਨਾਂ ਦੀਆਂ ਜਗ੍ਹਾਵਾਂ ਵੰਡੀਆਂ ਹੋਈਆਂ ਨੇ ਵੀ ਤੇਰਾ ਏਰੀਆ ਆਹ ਡਾਕੂ ਦਾ ਏਰੀਆ ਹੈ, ਆਹ ਡਾਕੂ ਦਾ ਏਰੀਆ ਹੈ। ਅੱਜ ਕੋਈ MLA, ਕੋਈ ਮੰਤਰੀ, ਕੋਈ MP ਦਾ ਕੋਈ ਪਰਿਵਾਰ ਸੜਕ 'ਤੇ ਬੈਠਿਆ ਕਿ ਕੋਈ ਤੰਬੂਆਂ 'ਚ ਬੈਠਿਆ? ਅਸੀਂ ਰਾਤਾਂ ਤੰਬੂਆਂ 'ਚ ਕੱਟਦੇ ਹਾਂ, ਇੱਥੇ ਚੌਲ ਜਿਹਾ ਜਿਹਾ ਕੁਛ ਆ ਜਾਂਦਾ, ਉਹੀ ਬਿਨਾਂ ਹੱਥ ਧੋਤੇ ਖਾਂਦੇ ਹਾਂ। ਇਹ ਆ ਸੰਘਰਸ਼, ਉਹ ਕਰਦੇ ਨੇ ਵੋਟਾਂ ਇਕੱਠੀਆਂ। ਜਦੋਂ ਪਿੰਡਾਂ 'ਚ ਬੜੂ ਜੋਤੀਆਂ ਮਾਰਾਂਗੇ, ਜੋਤੀਆਂ ਲਾ ਕੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਅੱਜ 5 ਨਵੰਬਰ ਨੂੰ ਪੂਰਾ ਭਾਰਤ ਜਾਮ ਆ, ਪੂਰੇ ਭਾਰਤ ਦੀਆਂ ਸੜਕਾਂ ਜਾਮ ਨੇ, ਸਟੇਟ ਹਾਈਵੇ ਜਾਮ ਨੇ, ਨੈਸ਼ਨਲ ਹਾਈਵੇ ਜਾਮ ਨੇ। ਸੋ ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਡਕਾਉਂਦਾ ਵੱਖਰੇ, ਉਹਨਾਂ ਦੇ ਧਰਨੇ ਚੱਲ ਰਹੇ ਨੇ, ਵੱਖਰੀਆਂ ਸੜਕਾਂ ਜਾਮ ਕਰੀਆਂ ਹੋਈਆਂ ਨੇ ਅਤੇ ਅਸੀਂ ਖੜ੍ਹੇ ਹਾਂ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ 'ਤੇ, ਟੋਲ ਪਲਾਜ਼ਾ ਕਾਲਾ ਝਾੜ, ਜਿੱਥੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਵੱਡਾ ਇਕੱਠ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵੱਡੀ ਗਿਣਤੀ 'ਚ ਔਰਤਾਂ, ਵੱਡੀ ਗਿਣਤੀ ਵਿੱਚ ਕਿਸਾਨ ਆਗੂ ਇੱਥੇ ਪਹੁੰਚੇ ਹੋਏ ਨੇ, ਵੱਡੀ ਸਟੇਜ ਲੱਗੀ ਹੋਈ ਆ। ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਗੂ ਮੌਜੂਦ ਨੇ ਜਿਨ੍ਹਾਂ ਨੇ ਵੱਡਾ ਧਰਨਾ, ਤੁਹਾਨੂੰ ਦੱਸ ਦਈਏ ਕਿ ਇਹ ਧਰਨਾ ਦੂਜੇ ਮਹੀਨੇ 'ਚ ਦਾਖਲ ਹੋ ਗਿਆ, 1 ਅਕਤੂਬਰ ਤੋਂ ਲਗਾਤਾਰ ਚੱਲ ਰਿਹਾ ਅਤੇ ਅੱਜ 5 ਨਵੰਬਰ ਹੋ ਗਿਆ, ਤਕਰੀਬਨ 35-36 ਦਿਨ ਇਹ ਧਰਨੇ ਨੂੰ ਹੋ ਗਏ। ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਜਗਤਾਰ ਸਿੰਘ ਕਾਲਾ ਝਾੜ ਮੌਜੂਦ ਨੇ। ਕਾਲਾ ਝਾੜ ਜੀ, ਕੀ ਕਹੋਗੇ? ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਅਸੀਂ ਮਿਲਣਾ, ਪੰਜਾਬ ਸਰਕਾਰ ਨੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ, ਕਿਸਾਨਾਂ ਨੂੰ ਕਿੱਥੋਂ ਦੇ ਦੇਣਗੇ? ਕਿਉਂਕਿ ਜਿਹੜਾ ਇੱਥੋਂ ਦਾ ਰਾਸ਼ਟਰਪਤੀ ਆ ਉਹ ਇੱਥੋਂ ਦੀ ਮੋਦੀ ਸਰਕਾਰ ਦੀ ਕਠਪੁਤਲੀ ਆ, ਜੋ ਉਹ ਕਹਿੰਦੇ ਨੇ ਉਹੀ ਕੁਛ ਕਰਦੇ ਨੇ, ਇਸ ਕਰਕੇ ਇਹਦਾ ਜਵਾਬ ਤਾਂ ਹਿੰਦੁਸਤਾਨ ਦੇ ਲੋਕ ਦੇਣਗੇ। ਅੱਜ ਹਿੰਦੁਸਤਾਨ ਪੱਧਰ ਦੇ ਉੱਤੇ ਲਗਭਗ 350 ਜਥੇਬੰਦੀਆਂ ਦੇ ਵੱਲੋਂ ਇਹ ਸੰਕੇਤਕ ਤੌਰ 'ਤੇ 4 ਘੰਟਿਆਂ ਦਾ ਹਿੰਦੁਸਤਾਨ ਦੇ ਵਿੱਚ 4 ਘੰਟਿਆਂ ਦਾ ਚੱਕਾ ਜਾਮ ਆ। ਇਹ ਤੁਸੀਂ ਦੇਖ ਸਕਦੇ ਹੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ, ਸਰਕਾਰ ਦੀ ਉਸ ਗੱਲ ਦਾ ਜਵਾਬ ਦੇ ਰਹੇ ਨੇ ਕਿਸਾਨ। ਜਿਹੜਾ ਮੋਦੀ ਕਹਿੰਦਾ ਮੈਂ ਪਿੱਛੇ ਨਹੀਂ ਮੁੜਦਾ, ਕਿਸਾਨਾਂ ਨੇ, ਮਜ਼ਦੂਰਾਂ ਨੇ, ਵਿਦਿਆਰਥੀਆਂ ਨੇ, ਔਰਤਾਂ ਨੇ ਇਹ ਮਨ ਬਣਾ ਲਿਆ ਕਿ ਜੇ ਮੋਦੀ ਸਾਹਿਬ ਤੂੰ ਤਾਨਾਸ਼ਾਹੀ ਫਰਮਾਨ ਲਿਆਉਣਾ ਤਾਂ ਜੇ ਤੂੰ ਪਿੱਛੇ ਨਹੀਂ ਮੁੜਦਾ ਅਸੀਂ ਅੱਗੇ ਨੂੰ ਵਧ ਰਹੇ। ਅਸੀਂ 26 ਤਰੀਕ ਤੋਂ ਲੈ ਕੇ 26 ਤਰੀਕ 27 ਤਰੀਕ ਨੂੰ ਦਿੱਲੀ ਦੇ ਵੱਲ ਨੂੰ ਕੂਚ ਕਰ ਰਹੇ ਹਾਂ ਅਤੇ ਮੋਦੀ ਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਕਰਨ ਵਾਸਤੇ ਮਜਬੂਰ ਕਰਨਗੇ। ਉਹ ਜਿਹੜੇ ਕਾਨੂੰਨ ਬਣਾ ਵੀ ਦਿੱਤੇ ਸਰਕਾਰ ਨੇ, ਤੁਸੀਂ ਵੀ ਕਈ ਵਾਰੀ ਸਵਾਲ ਕਰ ਦਿੰਦੇ ਹੋ, ਇਹ ਲੋਕਾਂ ਨੇ ਪਹਿਲਾਂ ਇਹਨਾਂ ਦੀਆਂ ਕੁਰਕੀਆਂ ਅਲਮਾਰੀਆਂ 'ਚ ਬੰਦ ਪਈਆਂ ਨੇ, ਇਸ ਕਰਕੇ ਇਹ ਕਾਨੂੰਨ ਅਲਮਾਰੀਆਂ 'ਚ ਬੰਦ ਕਰ ਦਿਆਂਗੇ, ਇੱਥੇ ਪੰਜਾਬ ਦੇ ਵਿੱਚ ਨਹੀਂ ਬਣ ਦੇਵਾਂਗੇ। ਇਹ ਲੋਕਾਂ ਨੇ ਮਨ ਬਣਾ ਲਿਆ, ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ, ਇਸ ਕਰਕੇ ਮਾਰਸਲ ਕੌਮ ਆ ਪੰਜਾਬ, ਪੰਜਾਬ ਦੀ ਧਰਤੀ 'ਤੇ ਪੈਰ ਨਹੀਂ ਪਾਉਣ ਦੇਵਾਂਗੇ ਉਹ ਵਿਦੇਸ਼ੀ ਕੰਪਨੀਆਂ ਨੂੰ। ਇਹ ਲੋਕਾਂ ਨੇ ਮਨ ਬਣਾ ਲਿਆ, ਤੁਸੀਂ ਦੇਖ ਲਿਆ, ਅੱਜ ਸਾਡਾ ਸੰਕੇਤਕ ਤੌਰ 'ਤੇ ਆ, ਇਹਦੀ ਤਿਆਰੀ ਆ ਜਿਹੜੀ ਵੱਡੇ ਪੱਧਰ 'ਤੇ ਹੋਣੀ ਆਉਣ ਵਾਲੇ। ਪੰਜਾਬ ਸਰਕਾਰ ਦਿੱਲੀ ਪਹੁੰਚੀ ਨਾਲ ਵਿਧਾਇਕ ਪਹੁੰਚੇ ਵੱਡੀ ਗਿਣਤੀ 'ਚ ਉੱਥੇ ਉਹਨਾਂ ਧਰਨਾ ਦਿੱਤਾ, ਕੀ ਕਹੋਗੇ ਸਟੈਂਡ ਪੱਕਾ ਜਾਂ ਰਾਜਨੀਤੀ ਹੋ ਰਹੀ ਆ? ਇਹ 2022 ਦੀਆਂ ਚੋਣਾਂ ਦੇ ਸਟੰਟ ਨੇ ਸਾਰੇ। ਉਹ ਦਿੱਲੀ ਜਿਹੜੇ ਪਹਿਲਾਂ ਕਿਸਾਨਾਂ ਦੇ ਉਲਟ ਕਾਨੂੰਨ ਬਣਾਏ ਨੇ 2017 'ਚ, ਇਹ ਲੋਕਾਂ ਨੇ ਧੌਣ 'ਤੇ ਗੋਡਾ ਧਰਿਆ ਉਹਨਾਂ ਦੀ, ਅਤੇ ਤਾਂ ਮਾੜਾ ਮੋਟਾ ਵੀ ਵੋਟਾਂ ਲੈਣੀਆਂ ਨੇ ਯਾਰ ਲੋਕਾਂ 'ਚ ਬੈਠਣਾ, ਉਹ ਕਰ ਰਹੇ ਨੇ। ਇਹ ਚੰਗੇ ਹੀ ਸੰਕੇਤ ਆ, ਜਿਹੜੇ ਵੀ ਲੋਕ ਇਸ ਮੁਸੀਬਤ ਦੀ ਘੜੀ 'ਚ ਲੜ ਰਹੇ ਨੇ, ਉਹ ਭਾਵੇਂ ਕੈਪਟਨ ਆ, ਉਹ ਭਾਵੇਂ ਦੂਜੇ ਨੇ, ਇਹ ਚੰਗੇ ਹੀ ਸੰਕੇਤ ਆ। ਪਰ ਇਹ ਕਰ ਇਸ ਕਰਕੇ ਰੱਖੇ ਨੇ ਕਿ ਲੋਕਾਂ ਨੇ ਧੌਣ 'ਤੇ ਗੋਡਾ ਧਰ ਲਿਆ ਉਹਨਾਂ ਦੀ। ਪਿਛਲੇ ਤਕਰੀਬਨ 1.25 ਮਹੀਨੇ ਤੋਂ ਬੈਠੇ ਹੋ ਇੱਥੇ, ਲਗਾਤਾਰ ਧਰਨੇ ਨੇ, ਕਦੇ 2 ਘੰਟੇ ਦੇ ਜਾਮ ਕਰਦੇ ਹੋ,
अज 4 घंटे का जाम लाया, तुम सड़क जाम करिया ने, पर केंद्र सरकार चुप चाप आ, कोई गल नहीं, सगों 1 करोड़ जुर्माना 5 साल की सज़ा के किसानों जो पराली अग लाएंगे, फरमान अड़ियल आ रहे हैं, जिद्दी आ रहे हैं, की कहोगे? ये तानाशाही फरमान ने, यह लोग इनू बर्दाश्त नहीं करे। असी लगातार संघर्ष के मैदान चा, इस करके लगातार औरतों की गिणती बढ़ रही आ, लगातार गुफलिया के गुफले जोड़े नौजवानों के आ रहे हैं। असी तो आपकी लड़ाई जीती खड़े हाँ, इस करके असी तो कहता मोदी की सरकार कि पंजाब के पैर नहीं पाउण देंदे किसान, ये मजदूर नौजवान इकट्ठे हो रहे हैं, असी आपकी लड़ाई आ। तुम पहला कदों देखिया भी एड्डी वीड्डी गिणती नौजवान आ गए? हूँ नौजवान आ रहे हैं, औरत आ रही ने, मजदूर आ रहे हैं, इस करके कुल जथेबंदियां इकट्ठिया हो रही ने। यह तो लड़ाई आ, लोग जित गए, वह बन नहीं देंगे इन्हों पंजाब धरती। सो भारतीय किसान यूनियन उग्राह आगुआ का कहना है कि असी अपनी लड़ाई जित के हटांगे, असी लड़ाई लड़ रहे हैं, लगातार लड़ाई जारी आ, जिन्ना मर्जी समा लगे लड़ाई जारी रहेगी। सो साडे नाल मनजीत सिंह घराचों सीनियर आगू मौजूद ने। घराचों जी की कहोगे, तुसी ट्रेना ट्रैकों तो उठे, रेलां चलाईया कि माल गड्डिया चलन, केंद्र सरकार ने माल गड्डिया बंद करतिया, की गल केंद्र सरकार पंजाब नू तंग करना चाहती है, की लगता तुहानू? जिहड़ी केंद्र सरकार है, केंद्र सरकार की बहुत नीति माड़ी है, जिहड़ी पंजाब लई है, पंजाब नूं आर्थिक तौर पर कमज़ोर करके वो RSS के एजेंडे लागू करना चाहती है, वो मनसूबे कामयाब नहीं होणगे। अज काम का टाइम है तां भी इस नाके ते लगभग 10,500 का कट जिहड़ा गिणती च है, इन्ने लोग जिहड़े घरां चों बाहर निकले ने आने वाले समय च, इन्हां ने दिल्ली नूं तुरना है, वख-वख स्टेटां दे विचों वड्डे पद्धर ते जिहड़ा पंजाब दा जिहड़ा कहिंदा सी वी मैं कानून वापस नहीं लैंदा, कानून वापस करा के घरें मुड़नगे लोग आने वाले समय च। 26-27 तरीक नूं जिहड़ा दिल्ली जाण दा वड्डा हंगारा है, वह वख हरियाणे तों राजस्थान चों साडी वड्डे पद्धर ते मीटिंगां होईयां ने हरियाणे च, राजस्थान च भारतीय किसान यूनियन एकता अग्राह वालों, वो लोग तुरे ने, बड़ा हंगारा मिलिया, वख-वख स्टेटां हुंदे होए दिल्ली ये लोग पहुँचणगे, इनू मूँह तोड़वां जवाब देवांगे मोदी नूं। पंजाब सरकार दिल्ली पहुंची, सारे विधायक पहुंचे, पर श्रोमणी अकाली दल एक घुटाले के रोस वजो पंजाब सरकार के मंत्री नूं घेरी बैठे सन जदों दिल्ली सन सारे, की लगता तुहानूं श्रोमणी अकाली दल आपदे वक्खरी प्रदर्शन कर रही है? उरे दो गल्लां ने, एक तो भारतीय किसान यूनियन एकता अग्राह ते वख-वख जथेबंदियां ये तो लड़ रही ने पंजाब के भविख बारे ते बच्चों लई, अकाली दल कांग्रेस आम आदमी ये लड़ रहे ने 19 दियां वोटां लई, ना अकाली दल कोले गिणती का घाटा है, ना कांग्रेस कोले गिणती का घाटा है, ना आम आदमी कोले गिणती का घाटा है। जिन्हां ने लड़ाई लड़नी है क्यों नहीं ये सरकार के बरखिलाफ़ लड़ते? दिल्ली के इन्हां दा मुख्यमंत्री आम आदमी पार्टी का, क्यों नहीं दिल्ली नूं घेरदे? क्यों कांग्रेस ड्रामे करती है भी इत्थों MLA जाणगे ते MP जाणगे, उही दिल्ली नूं घेरनगे? सारियां वख-वख स्टेटां चों बंदे इकट्ठे करके क्यों नहीं दिल्ली नाल लड़दे? ये क्यों नहीं सुखबीर बादल दिल्ली बंदे लेके बहिंदा? ये 19 दियां चोणां भी जिहड़ी भाजपा है इहदी वोट किन्नी घटदी है ते साडा वोट बैंक किन्ना बणदा है, पर आ लोक जाण चुके ने, ये डाकू ने रले होए, इक्को ही बेल दे कद्दू ने, इक्को ही जंगल दे डाकू ने, इन्हां दीआं जगावां वंडियां होईआं ने भी तेरा एरिया आ डाकू दा एरिया है, आ डाकू दा एरिया है, ये सारी डाकू ने, ये लोग ने जिहड़े साडे जाण चुके ने समेत परिवार, असीं आ दरियां ते बह के समेत बच्चियां राहीं ओथी प्रशादा छकदे हां। अज कोई MLA कोई मंत्री कोई MP दा कोई परिवार सड़क ते बैठे आ के कोई तंबूआं च बैठे? असी रातां तंबूआं च कटदे आ, इत्थी चौल जिहा जिहा कुछ आ जांदा है उही बिना हत्थ धोते खाने आ, यह आ संघर्ष वह करते ने वोटां कट्ठियां। आने वाले समय च पता लगेगा कोई भी पार्टी वोटां लई जदों पिंडां च बड़ू जोतियां मारांगे, जोतियां ला के संघर्ष एवें चलते रहेंगे जे सरकार पिछे नहीं हटदी। आने वाले समय च की करोगे, की करोगे घराचों जी? पहला भी इन्होंने बड़े कानून बनाए ने, कानूनों नूं वापस मोड़ांगे, वापस नहीं मोड़ना, कानूनों नूं बंद करावांगे, कदे भी पंजाब च नहीं बन देवांगे। आ अदारे कौन कहिंदी बंद कर दूगा? कौन कहिंदी कदे रेलां बंद हो जाणगियां? कौन कहिंदा सी वी लगातार 22-22 दिन DC दा दफ्तर घेर के रख्या जाऊगा? ये लोगों की पुग रही है, ये पूर्ण तौर पर अदारे ने जिहड़े पटावांगे, लोग जाण चुके ने, सरकारां बहुत छोटियां हुंदियां ने, नक मोड़ांगे सरकारां दे, सरकार भुल जावे कोई भी कानून आए तो फिर 1 करोड़ रुपया, हुण मेरे कोले 4 किले जमीन दे ने, मैं अग लाई है, मैनू 1 करोड़ रुपया जुर्माना, मेरी जमीन बेच के भी 1 करोड़ पूरा नहीं हुंदा। ये मूर्ख बने ने जिहड़े मुसलमान राजे अगे करदे ते बादशाह करदे ते इत्थे दे, उह फरमान ने लागू नहीं होणगे। इत्थे बड़े बड़े हाकम खुदकुशियां करके मरे ने जिहड़े, मतलब इत्थे देश नूं ये कहिंदे ते वी सारे देशां च राज असीं करांगे।
केंद्र सरकार कहती है कि जे माल गड्डियां चलावांगे सारियां चलावांगे, चाहे वह राजपुरे थर्मल दी होवे, चाहे मोगा अडानी दे उहदी मतलब बनाया होया जो भी उत्थे दी होवे, की कहोगे? गल माल गड्डी दी नहीं हैगी, गल पंजाब दे नुकसान दी है। पंजाब सेंटर एक इस गल ते उतरा भी पंजाब दा किड्डा क नुकसान कर सकी असी, उही आर्थिक पक्ष वाली सट्ट है वड्डी। एक इहदे विच हैगी आ भी जिहड़ियां रेल गड्डियां कह के किसानां नाल व्यापारी लड़नगे, किसान लड़नगे, यूरिए दा प्रबंध नहीं होना, बारदाने दा प्रबंध नहीं होना, पर इह लोक तां मन्नी खड़े ने ना भी उह मूंह 'च छित्तर लैण नालों असीं लड़के मरना पसंद करांगे। ਇਹ ਜੰਗ ਲਈ ਸਾਰੇ ਲੋਕ ਤਿਆਰ ਨੇ, ਲੜਨ ਲਈ ਛਾਤੀਆਂ 'ਚ ਗੋਲੀਆਂ ਖਾਣ ਲਈ ਤਿਆਰ ਨੇ, ਤਾਂ ਨੁਕਸਾਨ ਤਾਂ ਬਹੁਤ ਛੋਟੀਆਂ ਗੱਲਾਂ ਨੇ। ਕਰਾਚੋਂ ਜੀ ਯੂਰੀਏ ਦੀ ਘਾਟ ਹੁਣ ਪੈ ਰਹੀ ਆ, ਤੁਹਾਨੂੰ ਵੀ ਪਤਾ ਸਾਰੇ ਪੰਜਾਬ 'ਚ ਪੈ ਰਹੀ ਆ, ਕੀ ਮੁਸ਼ਕਲ ਕਿਸਾਨਾਂ ਨੂੰ ਵੀ ਵੱਡੀ ਆਊਗੀ? ਜਥੇਬੰਦੀਆਂ ਨੇ ਪਹਿਲੀ ਸੋਚ ਲਈ ਤਾਂ ਹੀ ਟਰੈਕ ਖਾਲੀ ਕੀਤੇ ਤੇ, ਪਰ ਸਰਕਾਰ ਨੇ ਸੈਂਟਰ ਨੇ ਜਾਣ ਬੁੱਝ ਕੇ ਕੀਤਾ ਵੀ ਇਹਨਾਂ ਨੂੰ ਯੂਰੀਏ ਦੀ ਲੋੜ ਹੈ, ਬਾਰਦਾਨੇ ਦੀ ਲੋੜ ਹੈ। ਰੇਲਵੇ ਟਰੈਕ ਖਾਲੀ ਨੇ ਖੁਦ ਪੱਤਰਕਾਰਾਂ ਨੇ ਕਿਹਾ ਵੀ ਜਿਹੜੇ ਹਿਸਾਬ ਨਾਲ ਪੰਜਾਬ ਦੀਆਂ ਜਥੇਬੰਦੀਆਂ ਡਿਸਪਲਾਈਨ ਨਾਲ ਲੜ ਰਹੀਆਂ ਨੇ ਕਾਬਲੇ ਤਾਰੀਫ ਹੈ, ਪਰ ਸੈਂਟਰ ਸਰਕਾਰ ਕਹਿੰਦਾ ਵੀ ਮਤਲਬ ਰੇਲਾਂ ਨੂੰ ਖਤਰਾ ਹੈ ਜੀ। ਖਤਰਾ ਸਾਡੇ ਬੱਚੇ ਰੇਲਾਂ ਚਲਾਉਂਦੇ ਨੇ, ਉਹ ਸਾਡੇ ਡਰਾਈਵਰ ਨੇ, ਸਾਡੀਆਂ ਰੇਲਾਂ ਨੇ, ਸਾਡੀ ਸੰਪੱਤੀ ਆ ਉਹ ਸਰਕਾਰ ਦੀ ਨਹੀਂ, ਤਾਂ ਖਾ ਗਏ ਲੁੱਟ ਕੇ ਦੇਸ਼ ਨੂੰ। ਅਸੀਂ ਉਹ ਅਦਾਰਿਆਂ ਨੂੰ ਬਚਾਉਣ ਲੱਗੇ, ਅਡਾਨੀਆਂ ਨੂੰ ਵੇਚਣ ਲੱਗੇ ਹੋਏ ਨੇ, ਅਸੀਂ ਤਾਂ ਅਦਾਰਿਆਂ ਨੂੰ ਬਚਾਉਣ ਲੱਗੇ ਹੋਏ ਹਾਂ ਜਿਹੜਿਆਂ ਨੂੰ ਇਹ ਕਹਿੰਦੇ ਨੇ ਸਾਨੂੰ ਖਤਰਾ ਹੈ। ਖਤਰਾ ਕੋਈ ਨਹੀਂ, ਆਰਥਿਕ ਪੱਖ ਤੋਂ ਕਮਜ਼ੋਰ ਕਰਨਾ ਚਾਹੁੰਦੇ ਨੇ ਦੇਸ਼ ਨੂੰ, ਪੰਜਾਬ ਨੇ ਕਦੇ ਬਰਦਾਸ਼ਤ ਨਹੀਂ ਕਰਨਾ। ਜਿੰਨਾ ਜ਼ੁਲਮ ਕਰਨਗੇ ਉਨੇ ਲੋਕ ਨਿਕਲਣਗੇ ਬਾਹਰ। ਕੱਲ੍ਹ 4 ਨਵੰਬਰ ਨੂੰ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਕਿਹਾ ਗਿਆ ਕਿ 22 ਨਵੰਬਰ ਤੱਕ ਹੀ ਚੱਲਣ ਦੇਵਾਂਗੇ, ਜੇ ਮਾਲ ਗੱਡੀਆਂ ਚਲਾਉਂਦੇ ਨੇ ਨਹੀਂ ਪਿੱਛੇ ਨਹੀਂ ਹਟਾਂਗੇ, ਐਵੇਂ ਜ਼ਬਰਦਸਤ ਧਰਨੇ ਚੱਲਦੇ ਰਹਿਣਗੇ। ਪਿੱਛੇ ਹਟਣ ਦਾ ਤਾਂ ਮਤਲਬ ਇਹ ਨਹੀਂ, ਅੱਜ ਬਹੁਤ ਵੱਡਾ ਕੰਮ ਦਾ ਟਾਈਮ ਹੈ। ਇਹ ਲੋਕ ਆਪਦੀਆਂ ਮਸ਼ੀਨਾਂ ਖੜਾ ਕੇ ਟਰੈਕਟਰ ਬੀਜਣ ਵਾਲੇ ਖੜਾ ਕੇ ਵੀ ਅੱਜ ਨਹੀਂ ਬੀਜਦੇ, ਕੱਲ੍ਹ ਨੂੰ ਬੀਜਾਂਗੇ, ਅੱਜ ਰੋਡ ਬੰਦ ਕਰਾਂਗੇ, ਤਾਂ ਹੀ ਉਰੇ 10,000 ਦਾ ਇਕੱਠ ਹੋਇਆ। ਲੋਕ ਮੰਨ ਚੁੱਕੇ ਨੇ ਗੱਲ ਨੂੰ ਵੀ ਆਉਣ ਵਾਲੇ ਸਮੇਂ ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ, ਸਾਡੇ ਸਿਰਾਂ 'ਤੇ ਪੱਗਾਂ ਨਹੀਂ ਰਹਿਣੀਆਂ, ਸਾਡੀਆਂ ਇੱਜ਼ਤਾਂ ਲੁੱਟੀਆਂ ਜਾਣਗੀਆਂ ਜਿਵੇਂ ਪਹਿਲਾਂ ਰਾਜੇ ਲੁੱਟਦੇ ਰਹੇ ਹੈ। ਉਸ ਗੱਲ ਨੂੰ ਇਤਿਹਾਸ ਪੜ੍ਹਦੇ ਆ ਲੋਕ, ਉਸੇ ਗੱਲ 'ਤੇ ਇਹ ਭਾਜਪਾ ਦੀ ਸਰਕਾਰ RSS ਦੇ ਏਜੰਡੇ ਥੱਲੇ ਆਈ ਹੋਈ ਹੈ। ਹਜ਼ਾਰਾਂ ਦੀ ਗਿਣਤੀ 'ਚ ਇੱਕ ਇੱਕ ਸ਼ਹਿਰ 'ਚ ਕਿਸਾਨ ਬੈਠੇ ਨੇ, ਸੜਕਾਂ ਜਾਮ ਨੇ, ਕੀ ਕਹੋਗੇ, ਕੀ ਸੰਦੇਸ਼ ਦੇਵੋਗੇ, ਕੀ ਸੁਝਾਅ ਦਿਓਗੇ ਕੇਂਦਰ ਸਰਕਾਰ ਨੂੰ? ਕੇਂਦਰ ਸਰਕਾਰ ਨੂੰ ਸੁਝਾਅ ਦੇਵਾਂਗੇ ਵੀ ਇੱਥੇ ਬੜੇ ਹਾਕਮ ਆਏ ਆ, ਅੰਗਰੇਜ਼ ਸਾਨੂੰ ਐਂ ਕਹਿੰਦੇ ਹੁੰਦੇ ਤੇ ਵੀ ਸਾਡੇ ਮੂਹਰੇ ਚਿੜੀ ਫਰ ਨਹੀਂ ਮਾਰ ਸਕਦੀ। ਅੱਜ ਕਿੱਥੇ ਨੇ ਅੰਗਰੇਜ਼, ਐਡਾ ਕੁ ਇੰਗਲੈਂਡ ਹੈ ਜਿੱਥੇ ਸੁੰਗੜ ਕੇ ਰਹਿ ਗਏ, ਆਹ ਲੋਕਾਂ ਨੇ ਡੱਕਰੇ ਨੇ ਉਹ, ਇਹ ਲੋਕ ਜਿਹੜੇ ਨੰਗੇ ਪੈਰੀਂ ਫਿਰਦੇ ਨੇ ਨਾ ਉਰੇ, ਇਹਨਾਂ ਨੇ ਡੱਕਰੇ ਨੇ ਅੰਗਰੇਜ਼। ਭੁੱਲ ਜੇ ਮੋਦੀ ਬਹੁਤ ਛੋਟੀ ਚੀਜ਼ ਹੈ, ਇਹਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਪੰਜਾਬ ਦੇ ਬਹਾਦਰ ਲੋਕ ਨੇ, ਇਹਦੇ ਨਾਲ ਵੱਖ ਵੱਖ ਸਟੇਟਾਂ ਦੇ ਵਿੱਚ ਬਹੁਤ ਵੱਡਾ ਉਫਾਲ ਆਇਆ, ਕਿਸਾਨ ਜਾਗੇ ਨੇ, ਮਜ਼ਦੂਰ ਜਾਗੇ ਨੇ, ਅੱਜ ਬਹੁਤ ਵੱਡੀ ਗਿਣਤੀ ਦੇਖਣ ਵਾਲੀ ਆ ਉਰੇ, ਦੁਕਾਨਦਾਰ ਪਹੁੰਚੇ ਨੇ ਇਸ ਚੱਕਾ ਜਾਮ 'ਚ। ਸੋ ਇਹ ਸਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ, ਜਿਨ੍ਹਾਂ ਨੇ ਕਿਹਾ ਕਿ ਵੱਡਾ ਇਕੱਠਾ ਤਕਰੀਬਨ ਕਾਲਾ ਝਾੜ ਟੋਲ ਪਲਾਜ਼ਾ, ਤੁਹਾਨੂੰ ਦੱਸ ਦਈਏ ਜੋ ਚੰਡੀਗੜ੍ਹ ਬਠਿੰਡਾ ਰੋਡ 'ਤੇ ਨੈਸ਼ਨਲ ਹਾਈਵੇ 'ਤੇ ਸਥਿਤ ਆ ਇਹ ਟੋਲ ਪਲਾਜ਼ਾ 'ਤੇ, ਦੱਸ ਰਹੇ ਨੇ ਆਗੂ ਕਿ 10,000 ਦਾ ਇਕੱਠ ਹੋਇਆ, ਕਿਸਾਨ ਪਹੁੰਚੇ ਨੇ ਆਪਣੀਆਂ ਮਸ਼ੀਨਾਂ ਖੜਾ ਕੇ, ਆਪਣੇ ਟਰੈਕਟਰ ਖੜਾ ਕੇ, ਚਾਹੇ ਬਿਜਾਈ ਦਾ ਸਮਾਂ ਚੱਲ ਰਿਹਾ ਪਰ ਕਿਸਾਨ ਆਪਣੇ ਕੰਮ ਛੱਡ ਕੇ ਪਹੁੰਚੇ ਨੇ ਅਤੇ ਐਵੇਂ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ। ਸਾਡੇ ਨਾਲ ਨੌਜਵਾਨ ਆਗੂ ਉਗਰਾਹਾਂ ਦੇ ਮੌਜੂਦ ਨੇ, ਹਾਂਜੀ ਕੀ ਕਹੋਗੇ, ਧਰਨੇ ਚੱਲ ਰਹੇ ਨੇ, ਨੌਜਵਾਨ ਵੀ ਵੱਡਾ ਇਕੱਠ ਕਰਕੇ ਆਏ ਨੇ, ਕਦੋਂ ਤੱਕ ਚੱਲਣਗੇ ਅਤੇ ਕਿਵੇਂ ਦੇ ਪ੍ਰਦਰਸ਼ਨ ਹੋਣਗੇ? ਨੌਜਵਾਨ ਵੱਡੀ ਗਿਣਤੀ ਵਿੱਚ, ਔਰਤਾਂ ਅਤੇ ਕਿਸਾਨ ਭਰਾ ਵੱਡੀ ਗਿਣਤੀ ਵਿੱਚ ਪਹੁੰਚੇ ਨੇ, ਕੰਮ ਚੱਲਦੇ ਦੇ ਰੂਪ 'ਚ। ਇਹ ਸਰਕਾਰਾਂ ਦੀਆਂ ਨੀਤੀਆਂ ਇਹੋ ਜਿਹੀਆਂ ਨੇ, ਜਿਵੇਂ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੂੰ ਇਹਨਾਂ ਨੇ ਪਦਮ ਸ਼੍ਰੀ ਅਵਾਰਡ ਦਿੱਤਾ, ਉਹ ਪਦਮ ਸ਼੍ਰੀ ਅਵਾਰਡ ਨੂੰ ਉਹ ਕਿਹੜਾ ਜੰਗ ਜਿੱਤ ਕੇ ਆਇਆ ਸੀ? ਮੁੰਡੇ ਫੌਜਾਂ 'ਚ ਜੱਟਾਂ ਦੇ ਮਰਦੇ ਨੇ, ਮਜ਼ਦੂਰਾਂ ਦੇ ਮਰਦੇ ਨੇ, ਜਿਹੜੇ ਫੌਜ 'ਚ ਭਰਤੀ ਹੁੰਦੇ ਨੇ, ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇਣ ਦਾ ਕੀ ਮਤਲਬ ਬਣਦਾ? ਉਹਨਾਂ ਨੇ ਅਕਾਲੀ ਨਾਲ ਸਮਝੌਤਾ ਤੋੜਿਆ, ਅਕਾਲੀ ਦਲ ਨਾਲ ਆਪਦੀ ਰਾਜ ਸਭਾ ਦੀ ਮੈਂਬਰਸ਼ਿਪ ਨਹੀਂ ਛੱਡੀ ਹੈਗੀ। ਇਹ ਲੋਕ ਠੱਗ ਚੋਰ ਲੋਕ ਨੇ, ਇਹ ਚੀਜ਼ਾਂ ਇਹ ਆਪਦੇ ਉੱਤੇ ਆਪਦੀਆਂ ਕੁਰਸੀਆਂ ਨੇ ਬਚਾਉਣ ਦੇ ਏਸੀਆਂ 'ਚ ਵਿੱਚ ਬੈਠ ਕੇ ਫਰਮਾਨ ਚਲਾਉਣਾ ਜਾਣਦੇ ਨੇ। ਜਿਹੜੇ ਆ ਲੋਕਾਂ ਦੀਆਂ ਬਿਆਈਆਂ ਪਾਟੀਆਂ ਹੋਈਆਂ ਨੇ, ਇਹ ਲੋਕਾਂ ਕੰਨੀ ਨਿਗਾਹ ਨਹੀਂ ਮਾਰਦੇ ਹੈਗੇ, ਇਹ ਕੋਪਰੇਟ ਘਰਾਣਿਆਂ ਦੀਆਂ ਹੀ ਉਹਨਾਂ ਕੰਨੀ ਨਿਗਾਹ ਮਾਰਦੇ ਨੇ ਜੋ ਇਹਨਾਂ ਦੀਆਂ ਜੇਬਾਂ ਭਰਦੇ ਨੇ। ਇਹਦੇ ਕਰਕੇ ਇਸ ਕਾਰਨ ਇੱਥੇ ਵੱਡੀ ਗਿਣਤੀ ਵਿੱਚ ਲੋਕ ਸੰਘਰਸ਼ ਦੇ ਰੂਪ ਵਿੱਚ ਪਹੁੰਚੇ ਨੇ, ਨਾਲੇ ਕੰਮ ਦਾ ਟਾਈਮ ਆ ਜਿਹਨੂੰ ਛੱਡ ਕੇ ਸਾਰਾ ਕੁਛ ਪਹੁੰਚੇ ਨੇ ਉਰੇ। ਯਾਨੀ ਕਿ ਨੌਜਵਾਨਾਂ ਨੇ ਵੀ ਪੂਰਾ ਸਟੈਂਡ ਲੈ ਲਿਆ ਕਿ ਇਹ ਕਾਨੂੰਨਾਂ ਨੂੰ ਰੱਦ ਕਰਵਾ ਕੇ ਹਟਾਂਗੇ? ਪੂਰਾ ਕੀ ਵੱਧ ਤੋਂ ਵੱਧ ਸਟੈਂਡ ਲਿੱਤਾ ਹੋਇਆ ਵੀ ਕਾਨੂੰਨ ਇਹ ਜਿਹੜੇ ਲਾਗੂ ਮੋਦੀ ਇਹ ਫਿਰਦਾ ਆਪਦਾ ਹੰਕਾਰਿਆ ਹੋਇਆ, ਇਹਨਾਂ ਨੇ ਇਹਨਾਂ ਦਾ ਜਿਹੜਾ ਮੋਹਨ ਭਾਗਵਤ RSS ਦਾ ਝੰਡਾ ਉਹਨੇ ਮਕਾਨਪੁਰ ਦੇ ਵਿੱਚ ਝੰਡਾ ਚਾੜਿਆ, ਉਹਨੇ ਐਂ ਆਖਿਆ ਇੱਕ ਝੰਡਾ ਚਾੜ ਕੇ ਕਹਿੰਦਾ ਹਿੰਦੁਸਤਾਨ ਦੇ ਵਿੱਚ 1,35,000,000 ਜਿੰਨੀ ਵੀ ਜਨਤਾ ਰਹਿੰਦੀ ਆ ਸਾਰੀ ਹਿੰਦੂ ਆ, ਕਹਿੰਦਾ ਉਹ ਇਸਦਾ ਮਤਲਬ ਉਹ ਜੰਮੂ ਕਸ਼ਮੀਰ ਨੂੰ, ਪੰਜਾਬ ਨੂੰ, ਆਪਾਂ ਨੂੰ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਸਭ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ, ਆਪਣੇ ਸਕੂਲ
भी खुले हुए हैं पिंडा जो सरबतकारी स्कूल ने उन्होंने हवन होंगे ने यह जहाँ कुछ पढ़ाते ने उत्थे इन्हों की नीति के हेठ आर एस एस की भी पांचवें पातशाही खुदकुशी करके तो छेवें पातशाही का दिमाग हिल गया जी दसवें पातशाही डरपोक तो जवाक छड़ के भज गए थे तो आने वाले समय के जो जवाक किताबा पढ़न गए वो आने वाले समय चो जे अज तो 20 साल कोई स्टेज पर बोलूगा उन्हों अगले अगला कहू नहीं जवाकों जवाक कहे नहीं बापू तू तो पागल हो गया भी जब ये अजिंह गल् करते हैं किताबों का कुछ होर लिखा हुआ ये साडा सारा इतिहास बदलू फिरते हैं ये सौ स ये आप जो 2025 के आर एस एस आपका 100वां 12वां गंढ मना चल रही है उदू इन्हों पेल भी असी उदू पहल सारे भारत में असी हिंदू राष्ट्र घोषित कर दीए इन्ह दिया चाल ने पर पंजाब के लोग ने पंजाबियों ना वाह पै चुकया इन्हों कुर्सियां थले हीटर ला देंगे असी हीटर इन्हों सेक मार ला देंगे दिल्ली तक ये कानून बट्टा दे के लागू होने ने जो बट्टा तो आने उदो दसांगे इन्हों भी कानून की होंगे ने कानून तो पहला भी इन्होंने बहुत बनाए ने नमारियां बंद पाए ने जहे जे कानून जिवें कुरकी वाले कानून हो गए जां कोई बिजली वाला बढ़ता पिंड च बिन पुछे नहीं बढ़ता लोगों तो ये लोग ताकत आ असीं लोग ताकत उन्होंने दिखावांगे खेती कानूनों बारे की सुझाव दवोंगे केंद्र सरकार को की सलाह दवोंगे प्रधानमंत्री नरेंद्र मोदी को खेती कानूनों बारे सलाह जी ए दवांगे भी इन्हों भली मानसी ना तू रद्द कर दे तेनू पता नहीं है भी तैं हुण पंगा किहदे नाल ले लिया वो जम्मू कश्मीर वाले तो जिहड़े चुप करके बह गए थे पर हुण अपने पंजाब का हौसला देख के वह भी बोलन लग गए उन्होंने भी ऐं आख्या कहिंदे भी 1 इंच नहीं सी जमीन दिंदे ये सातों कित्थे साडे बंदे का 1.25 लाख नाल इक लड़ाया होया गुरुआं का असां हरी सिंह नलूए की लाद हाँ जिन्होंने शेरों के जवाड़े पाड़े हुए ने यह साडियां जमीना कित्थे रोक लूँ इहनूं दस्सांगे भी आके कानून की हुंदे ने चुप करके आपदे रद्द कर दे वधिया रहूगा जे इज्जत बचाउणी आ सो भारतीय किसान यूनियन उगराहां दे नौजवान आगुआं दा कहना कि असी पिछे नहीं हटण वाले ए असी पूरे संघर्ष करांगे असी नरेंद्र मोदी प्रधानमंत्री नूं असी कहने आ कि कानून वापस कीते जाण नहीं इह संघर्ष एवें चलदे रहांगे लड़दे रहांगे भवानीगढ़ तों रसपिंदर प्रिंस नाल अमनदीप सिंह माझा पंजाबी लोक चैनल।